चलो ओ चलो फिर उन्हें चले जाना सी असल असल दे विच मासी साहब चलो ये तो गल जी हैगी असल दे विच जिहड़ा कुड़ी ने पैसे पता किवें ले जी बाई तो ਉਹ ਕੁੜੀ ਨੇ ਕਿਹਾ ਹੋਣਾ ਜੀ ਨੂੰ ਫੋਨ ਕਰਕੇ ਹਾਏ ਜਾਨੋ ਆਈ ਐਮ ਵੈਰੀ ਪਤਲੀ ਆਈ ਐਮ ਵੈਰੀ ਸਿੱਕ ਆਈ ਨੀਡ ਸੈਂਡ ਯੂ ਮਨੀ ਆਈ ਪਿਕ ਅਪ ਦਾ ਮੱਝ ਆਈ ਪਿਕ ਅਪ ਦਾ ਦੁੱਧ ਆਫਟਰ ਆਈ ਟੇਕ ਯੂ ਬਿਗ ਹੱਗ ਸੋ ਹੱਗ ਦੇ ਚੱਕਰ ਚ ਭਾਜੀ ਦੇ ਪੈ ਗਏ ਡੱਬ ਆਫਟਰ ਭਾਜੀ ਨੇ ਲੈ ਕੇ ਦੇਤੀ ਸਕੂਟਰੀ ਤੇ ਕੁੜੀ ਗਈ ਭੱਜ ਤੇ ਭਾਜੀ ਨੂੰ ਮੈਂ ਇਹ ਕਹਿੰਦਾ ਹੁਣ ਨਾ ਉਹਨੂੰ ਲੱਭ ਖਾਸ ਇੰਚ ਦਾ ਸਭ ਥੈਂਕ ਯੂ ਬਾਸੀ ਜੀ ਹਾਈ ਭੱਜ ਬੋਲੋ ਹੈਲੋ ਸਤਿ ਸ੍ਰੀ ਅਕਾਲ ਬਾਸੀ ਸਾਹਿਬ ਜੀ ਕੀ ਕਹਿਣਾ ਸਰ ਜੀ ਆਪ ਜੀ ਕੀ ਕਹੋਗੇ ਜਿੱਦਾਂ ਮੈਂ ਕਹਿੰਦਾ ਵੀ ਜਿੱਦਾਂ ਆਪਾਂ ਬੱਕਰੀ ਲੈ ਦਿੰਦੇ ਆ ਨਾਲੇ ਦਿਮਾਗ ਬਾਜੂ ਦੁੱਧ ਪੀ ਕੇ ਇਹਦਾ ਕਿਹਦਾ ਜੀ ਆ ਜਿਹੜੇ ਬੰਦੇ ਗੱਲ ਕਰਦੇ ਆ ਇਹ ਬੱਕਰੀ ਨੇ ਕੀ ਕਰੂਗਾ ਮੱਝਾਂ ਗਾਈਆਂ ਕੋ ਬੱਕਰੀ ਦਾ ਦੁੱਧ ਪੀਣਾ ਥੋੜਾ ਦਿਮਾਗ ਵੱਧ ਜਾਂਦਾ ਨਹੀਂ ਇਹਨਾਂ ਦਾ ਦਿਮਾਗ ਹੈ ਨਹੀਂ ਗਾ ਦਿਮਾਗ ਲੱਗਦਾ ਨਹੀਂ ਮੈਨੂੰ ਉਹ ਤੁਹਾਨੂੰ ਕਿਵੇਂ ਪਤਾ ਜਿਹੜਾ ਮੱਝਾਂ ਗਾਈਆਂ ਵੇਚੀ ਜਾਂਦੇ ਇੱਥੇ ਇਹ ਵੇਚਦੇ ਨਹੀਂ ਇਹਨਾਂ ਨੇ ਧੋਖਾ ਹੋਇਆ ਇਹ ਕਹਿੰਦੇ ਆ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਆ ਜੇ ਲੋੜਾਂ ਪੂਰਾ ਕੀਤਾ ਤਾਂ ਤਾਂ ਮੈਂ ਕਹਿੰਦਾ ਮੈਂ ਬੱਕਰੀ ਲੈ ਦਿੰਦਾ ਇਹਨੂੰ ਇਹ ਬੱਕਰੀ ਕਿਉਂ ਕਰਨਗੇ ਬੱਕਰੀ ਦਾ ਦੁੱਧ ਪੀਣਗੇ ਨਾ ਦਿਮਾਗ ਵੱਜ ਥੋੜਾ ਜਿਹਾ ਨਰਮਲ ਜੀ ਕਿਹੋ ਜਿਹੇ ਲੋਕ ਨੇ ਇਹ ਯਾਰ ਇਹ ਸਾਰੇ ਇਹਦੇ ਲੋਕ ਤਾਂ ਜ਼ਿਆਦਾ ਮਜ਼ਾਕ ਬਣਾਉਣ ਵਾਲੇ ਇਹਨਾਂ ਕੋਲ ਬੱਕਰੀ ਤੁਸੀਂ ਆਪਣੇ ਬਣਾਓ ਤੁਸੀਂ ਆਪਣਾ ਦਿਮਾਗ ਬਣਾਓ ਠੀਕ ਹੈ ਜੀ ਮੈਂ ਤੇਰਾ ਦਿਮਾਗ ਕਹਿੰਦਾ ਯਾਰ ਤੇਰਾ ਦਿਮਾਗ ਤੋਂ ਥੋੜਾ ਜਿਹਾ ਵੱਜ ਵੇਖ ਲਿਆ ਦਿਮਾਗ ਬੱਕਰੀ ਗਾਂਧੀ ਦਾ ਦਿਮਾਗ ਪਤਾ ਕਿੰਨਾ ਤੇਜ ਹੋਇਆ ਸੀ ਬੱਕਰੀ ਦੁੱਧ ਪੀ ਕੇ ਤੈਨੂੰ ਪਤਾ ਹੋਵੇ ਜਿੰਨਾ ਤੇਜ ਹੋਇਆ ਦਿਮਾਗ ਗਾਂਧੀ ਦਾ ਠੀਕ ਹੈ ਮੈਨੂੰ ਨੀ ਪਤਾ ਹੈਗਾ ਮੈਂ ਦੁਖੀ ਇਸ ਟਾਈਮ ਤੇ ਠੀਕ ਹੈ ਮੇਰੇ ਨਾਲ ਫਰੋੜ ਹੋਇਆ ਦੁਖੀ ਰਹਿਣਾ ਹੀ ਆ ਸਾਰਾ ਕੁਝ ਲੁੱਟ ਮਚਾਈ ਇੱਥੇ ਦੁਨੀਆ ਤੇ ਲੁੱਟ ਅੱਛਾ ਬਸ ਸਰ ਰੁਪਇਆ ਬੰਦਾ 10 ਲੱਖ ਜੀ ਉਹ ਏਦਾਂ ਕਿ ਜੇ ਇਹਨਾਂ ਨੇ ਤੇ ਮੱਝ ਦਿੱਤੀ ਦੁੱਧ ਦੇਣ ਵਾਲੀ ਫਿਰ 2 ਲੱਖ ਦਾ ਦੁੱਧ ਵੀ ਉਹਨਾਂ ਨੇ ਡੇਅਰੀ ਤੇ ਪਾਇਆ ਹੋਣਾ ਜੀ ਤੇ ਉਹ ਦੁੱਧ ਵੀ ਵਿੱਚ ਰੱਖੋ ਜੀ ਜਿਹਨੂੰ ਦੁੱਧ ਪਾਇਆ ਜੀ ਉਹਦੇ ਕੋਲੋਂ ਵੀ ਪੈਸੇ ਲੈਣੇ ਬਣਦੇ ਜੀ ਤੁਸੀਂ ਮਜ਼ਾਕ ਬਾਈ ਨੂੰ ਪੁੱਛੋ ਜੀ ਮਾੜਾ ਮੱਝ ਕਰ ਕੇ ਲੈ ਕੇ ਦਿੱਤੇ ਸੀ ਬਾਈ ਨੇ ਹਾਂਜੀ ਨਰਮਲ ਜੀ ਮੱਝ ਤੁਸੀਂ ਕਦੋਂ ਲੈ ਕੇ ਦਿੱਤੀ ਸੀ ਕਿੰਨੇ ਸਾਲ ਹੋ ਗਏ ਇਹ ਸਰ 2018 ਚ ਲਈ ਸੀ ਇਹਨਾਂ ਨੇ 2017 36 हजार गोवे का ही ला लो जी मैं ऐसा पै गई 1.5 लाख जी ये 50 हजार कहू कहता भाई गलत गल है जी गोहा पाथिया भी जोड़ो बिच सत श्री अकाल सिद्धू पंचूटे ਕਾਲਰ ਲਾਈਨ ਤੇ ਆਪ ਜੀ ਅਗਲੀ ਗੱਲ ਬੱਸੀ ਸਾਹਿਬ ਜੀ ਬੋਲਿਆ ਕਰੋ ਪਲੀਜ਼ ਹਾਂਜੀ ਹਾਂਜੀ ਬੱਸੀ ਸਾਹਿਬ ਮੈਨੂੰ ਲੱਗਦਾ ਮੱਝ ਦੇ ਜੇ 2018 ਦੀ ਉਹਦੇ ਮੱਝ ਦੋਰੀ ਸੂਈ ਵੀ ਹੋਣੀ ਆ ਤੇ ਹਿਸਾਬ ਲਾਓ ਜੇ ਮਗਰ ਕੱਟਾ ਜਾਂ ਕੱਟੀ ਹੋਈ ਜਾਂ ਕੱਟਾ ਹੋਇਆ ਉਹਦੇ ਵੀ ਪੈਸੇ ਲਾਓ ਨਾਲ ਤੁਸੀਂ ਮੱਸ ਸੂਈ ਦੋ ਵਾਰੀ ਜਾਂ ਨਹੀਂ ਸੂਈ ਆਈ ਡੋਂਟ ਨੋ ਹੁਣ ਆਪਣੇ ਦੇਖੋ ਦੋ ਸਾਲ ਤੀਜਾ ਸਾਲ ਹੋ ਗਿਆ ਜੀ ਜੇ 2018 ਦੀ ਵੀਰ ਨੂੰ ਕਹੋ ਮੱਝ ਦੇ ਉੱਥੇ ਜਾ ਕੇ ਨਾਲ ਜੇ ਕੱਟੀ ਗਿਆ ਕੱਟਾ ਉਹ ਵੀ ਨਾਲ ਲਿਆ ਹੋਵੇ ਸਗੋਂ ਉਹਦੀ ਸੇਵਾ ਕਰੇ ਜੇ ਕੁੜੀ ਤੇ ਆਉਣੀ ਨੀ ਹੁਣ